ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਫੈਨ ਟਰੈਕਟਰ ਟੋਚਨਾ ਦੇ ਚੈਨਲ ਦੇ ਜ਼ਰੀਏ ਪੰਜਾਬ ਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਵੀ ਸੌਕ ਦਾ ਕੋਈ ਮੁੱਲ ਨਹੀਂ, ਉਸੇ ਸੌਕ ਨੂੰ ਦੇਖਦੇ ਹਾਂ ਜ਼ਿਲ੍ਹਾ ਬਰਨਾਲੇ ਦੇ ਬਹੁਤ ਹੀ ਮਸ਼ਹੂਰ ਨਗਰ ਪਿੰਡ ਭੌਤਨੇ ਦੇ ਵਿੱਚ ਪਹੁੰਚੇ ਹਾਂ, ਜਿੱਥੇ 61 ਟਰੈਕਟਰ ਆ ਜਿਹੜਾ ਤੁਸੀਂ ਦੇਖੋਗੇ ਉਹਨੂੰ ਮੋਡੀਫਾਈ ਕਰਵਾਇਆ ਗਾ ਸਾਡੇ ਵੀਰਾਂ ਨੇ, ਔਰ ਉਹ ਤੁਸੀਂ ਦੇਖੋਗੇ ਉਹ ਨਵੀਂ ਤਕਨੀਕ ਦੇ ਵਿੱਚ ਤਿਆਰ ਕੀਤਾ, ਕਿਉਂਕਿ ਜਿਹੜਾ 61 ਟਰੈਕਟਰ ਆਪਾਂ ਦੇਖਿਆ ਵੀ ਪਹਿਲਾਂ 95, 96, 97, 98 ਮਾਡਲ ਤੋਂ ਜਿਹੜੇ ਸਟਾਰਟ ਹੋਏ, ਔਰ ਅੱਜ ਦੇ ਅਜੋਕੇ ਯੁੱਗ ਦੇ ਵਿੱਚ ਜਿਹੜੇ ਅੱਜ ਦੇ ਟਰੈਕਟਰ ਚੱਲਦੇ ਆ ਉਹਨਾਂ ਨੂੰ ਜਿਵੇਂ ਆਪਾਂ ਕਹਿ ਲਈਏ, ਮੈਂ ਮਾਤ ਤਾਂ ਪਾਉਂਦੇ ਕਹੂੰਗਾ ਨਹੀਂ, ਪਰ ਉਹਨਾਂ ਦੇ ਬਰਾਬਰ ਦਾ ਟਰੈਕਟਰ ਜੇਕਰ ਆਪਾਂ ਮੰਨ ਲਿਆ ਜਾਵੇ ਤਾਂ ਇਹਦੇ ਵਿੱਚ ਕੋਈ ਅਥਕਥਨੀ ਨਹੀਂ ਹੋਵੇਗੀ। ਆਓ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਭੌਤਨੇ ਪਿੰਡ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ, ਇਹ ਨੇ ਸਾਡੇ ਬਾਈ ਭੌਤਨੇ ਪਿੰਡ ਤੋਂ। ਸਤਿ ਸ਼੍ਰੀ ਅਕਾਲ ਬਾਈ ਜੀ, ਠੀਕ ਠਾਕ ਹੋ? ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ। ਭੌਤਨੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਹਾਂ ਜੀ, ਇਹ ਸਾਡੇ ਵੀਰ ਨੇ, ਇਹਨਾਂ ਵੱਲੋਂ ਇਹ ਜਿਹੜਾ HMT 61 ਟਰੈਕਟਰ ਆ ਬੜੀ ਪ੍ਰਸਿੱਧੀ ਮਿਲੀ ਆ ਪੰਜਾਬ ਦੇ ਵਿੱਚ ਇਸ ਟਰੈਕਟਰ ਨੂੰ, ਔਰ ਇਹਨਾਂ ਨੇ ਸੋਚਿਆ ਵੀ ਇਸ ਟਰੈਕਟਰ ਨੂੰ ਅਜੋਕੇ ਯੁੱਗ ਦੇ ਨਾਲ ਆਪਾਂ ਕੰਪੇਨ ਕੀਤਾ ਜਾਵੇ, ਔਰ ਮੈਂ ਪੁੱਛਣਾ ਚਾਹਾਂਗਾ ਸਾਡੇ ਵੀਰਾਂ ਤੋਂ ਵੀ ਤੁਹਾਡੇ ਮਨ ਦੇ ਵਿੱਚ ਕਿੱਦਾਂ ਇਹ ਵਿਚਾਰ ਬਣਿਆ, ਇਹ ਬਾਈ ਜੀ ਕਿਵੇਂ ਵਿਚਾਰ ਬਣਿਆ ਵੀ ਇਹ ਟਰੈਕਟਰ ਨੂੰ ਅਸੀਂ ਮੋਡੀਫਾਈ ਕਰਵਾਈਏ, ਔਰ ਕਿੰਨਾ ਕੁ ਤੁਸੀਂ ਇਹਦੀ ਫੈਸਿਲਿਟੀ ਤਿਆਰ ਕਰਵਾਈਏ? ਬਾਈ ਜੀ ਆਪਣੇ ਬਜ਼ੁਰਗਾਂ ਦਾ ਟਰੈਕਟਰ ਜੱਦੀ ਹੈਗਾ, 98 ਮਾਡਲ ਪਹਿਲਾਂ ਤੋਂ ਰੱਖਿਆ ਵਾਗਾ, ਹੁਣ ਅਸੀਂ ਪਿਛਲੇ ਸਾਲ ਹੋ ਗਏ 2 ਮਹੀਨੇ ਇਹਨੂੰ ਮੋਡੀਫਾਈ ਕਰਵਾਉਣ ਲਈ, ਅਸੀਂ ਇਹਤੇ 2-2.5 ਲੱਖ ਰੁਪਇਆ ਲਾ ਕੇ ਤਿਆਰ ਕਰਵਾਇਆ, ਕਿਉਂਕਿ ਇਹ ਟਰੈਕਟਰ ਚਲਾਉਣ 'ਚ ਬਹੁਤ ਵਧੀਆ ਗਾ, ਬਾਕੀ ਬਹਾਈ ਬਹੂਈ ਰੂਟਾਵੇਟਰ ਕੋਈ ਵੀ ਚੀਜ਼ ਜੋ ਮਰਜ਼ੀ ਗੇਅਰ 'ਚ ਚਲਾਓ ਤਾਂ ਕੋਈ ਪਰਵਾਹ ਨਹੀਂ ਇਹਨੂੰ, ਅਤੇ ਇਹਦੇ ਹਿੱਸੇ 'ਚ ਕੱਟ ਪਵਾ ਕੇ ਟਾਇਰ ਚਾਰੇ ਨਵੇਂ ਲਵਾ ਤੇ ਪੂਰਾ ਸਿਰਾ ਬਣਾਤਾ ਇਹ। ਠੀਕ ਹੈ ਜੀ, ਇਹ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਵੀ ਬਾਈ ਨੇ ਕਿਹਾ ਵੀ 2-2.5 ਲੱਖ ਰੁਪਈਆ ਇਸ ਟਰੈਕਟਰ 'ਤੇ ਇਸ ਨੇ ਲਾਇਆ, ਸੌਕ ਦਾ ਕੋਈ ਮੁੱਲ ਨਹੀਂ, ਦੇਖੋ ਵੀ ਇਸ ਟਰੈਕਟਰ 'ਤੇ 2-2.5 ਲੱਖ ਰੁਪਈਆ ਲਾ ਕੇ ਇਹਨੂੰ ਇੱਕ ਮੋਡੀਫਾਈ ਕਰਾਇਆ। ਬਾਈ ਜੀ ਤੁਸੀਂ ਜਿਵੇਂ ਕਹਿ ਰਹੇ ਸੀ ਵੀ ਇਹ ਹਿੱਸੇ 'ਤੇ ਕੱਟ ਪਵਾਇਆ, ਹਾਂਜੀ, ਇਹਦੇ ਬਾਰੇ ਦਰਸ਼ਕਾਂ ਨੂੰ ਦੱਸੋ ਵੀ ਇਹ ਹਿੱਸੇ 'ਤੇ ਕੱਟ ਪਵਾਉਣ ਦੇ ਨਾਲ ਤੁਹਾਨੂੰ ਜਿਹੜੇ ਅੱਜ ਦੇ ਨਵੀਂ ਤਕਨੀਕ ਦੇ ਟਰੈਕਟਰ ਨੇ ਉਹਨਾਂ ਦੇ ਬਰਾਬਰ ਦਾ ਇਹ ਟਰੈਕਟਰ ਮੰਨਿਆ ਜਾਂਦਾ, ਕੀ ਇਹਦੇ ਫਾਇਦੇ ਨੇਗੇ ਆਹ ਕੱਟ ਪਵਾਉਣ ਦੇ? ਇਹ ਬਾਈ ਜੀ ਇਹਦਾ ਹਿੱਸਾ ਆਮ ਟਰੈਕਟਰਾਂ ਨਾਲੋਂ ਬਹੁਤ ਜ਼ਿਆਦਾ ਚੌੜਾ ਗਾ, ਲੰਮਾ, ਇਹਦੇ ਕਾਰਨ ਮੋੜਨ ਵੇਲੇ ਥੋੜ੍ਹਾ ਬ੍ਰੇਕਾਂ ਦਾ ਕਾਰਨ ਮੋੜਨ 'ਚ ਦਿੱਕਤ ਆਉਂਦੀ ਸੀ, ਨਾਲ ਬੱਟਾਂ ਨਾਲ ਲੱਗ ਜਾਂਦੇ, ਹੁਣ ਇਹਦੇ ਪ੍ਰੈਸ 'ਤੇ ਕੱਟ ਪਵਾ ਕੇ ਥੋੜ੍ਹੇ ਨਵੇਂ ਟਰੈਕਟਰਾਂ ਵਾਂਗੂ ਪਾਵਰੀ ਬਣ ਗਿਆ ਇਹ ਨਵਾਂ। ਠੀਕ ਆ ਜੀ, ਬਾਈ ਨੇ ਦੱਸਿਆ ਵੀ ਇਹਦੇ ਕੱਟ ਪਵਾ ਕੇ ਜਿਹੜੀ ਟਰੈਕਟਰ ਨੂੰ ਮੋੜਨ ਦੇ ਵਿੱਚ ਦਿੱਕਤ ਆਉਂਦੀ ਸੀ, ਔਰ ਜਿਵੇਂ ਅੱਜ ਕੱਲ੍ਹ ਨਵੇਂ ਟਰੈਕਟਰ ਜਿਹੜੇ ਆ ਰਹੇ ਨੇ ਅੱਜ ਦੇ ਯੁੱਗ ਦੇ ਉਹਨਾਂ ਵਿੱਚ ਜਿਵੇਂ ਪ੍ਰੈਸਰ ਸਟੇਅਰਿੰਗ ਆਉਂਦੇ ਆ, ਇਹ ਬਾਈ ਦੱਸ ਰਹੇ ਨੇ ਵੀ ਸਾਡੇ ਪ੍ਰੈਸਰ ਸਟੇਅਰਿੰਗ ਆ ਜਿਹੜਾ ਉਹਦੇ ਬਰਾਬਰ ਦਾ ਕੰਮ ਕਰਦਾ ਇਹ ਜਿਹੜਾ ਹਿੱਸੇ ਦੇ ਵਿੱਚ ਕੱਟ ਪਵਾਇਆ। ਔਰ ਬਾਈ ਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਇਹ ਟਰੈਕਟਰ ਆ ਜਿਹੜਾ ਤੁਸੀਂ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਤਿਆਰ ਕਰਵਾਇਆ ਮੋਡੀਫਾਈ? ਇਹ ਬਾਈ ਜੀ ਬਰਨਾਲਾ ਸ਼ਹਿਰ ਦੇ ਨੇੜੇ ਸੰਘੇੜਾ ਪਿੰਡ ਆ ਗਾ, ਉੱਥੋਂ ਮੋਡੀਫਾਈ ਕਰਵਾਇਆ। ਠੀਕ ਹੈ ਜੀ, ਸੰਘੇੜੇ ਪਿੰਡ ਤੋਂ ਜੀ ਇਹ ਤਿਆਰ ਕਰਵਾਇਆ ਟਰੈਕਟਰ, ਦੇਖਣ ਨੂੰ ਬਿਲਕੁਲ ਨਵਾਂ ਨਕੋਰ ਲੱਗਦਾ, 98 ਮਾਡਲ ਇਹ ਟਰੈਕਟਰ ਆ, 61 ਟਰੈਕਟਰ ਨੂੰ ਇੰਨੀ ਪ੍ਰਸਿੱਧੀ ਮਿਲੀ ਆ, ਜਿਵੇਂ ਆਪਾਂ ਕਹਿ ਲਈਏ ਵੀ ਪੰਜਾਬੀ ਲੋਕ ਗਾਇਕ ਵੀ ਬੋਲੀਆਂ ਦੇ ਵਿੱਚ ਇਹਨੂੰ ਵੀ ਅਜੇ ਸਫਾਰੀ ਸਮਝ, ਇਹ 61 ਟਰੈਕਟਰ ਸਫਾਰੀ ਦਾ ਇਹਨੂੰ ਦਰਜਾ ਮਿਲਿਆ। ਔਰ ਤੁਸੀਂ ਸਾਰਾ ਦੇਖੋਗੇ, ਮੈਂ ਸਾਡੇ ਬਹੁਤ ਹੀ ਕੈਮਰਾਮੈਨ ਜਿਹੜੇ ਸਤਿਕਾਰਯੋਗ ਉਹਨਾਂ ਨੂੰ ਦੱਸਣਾ ਚਾਹੂੰ ਵੀ ਉਹ ਜਿਹੜੀ ਫਾਈਬਰ ਸਤਰੀ ਲੱਗੀ ਆ ਉਹ ਵੀ ਅੱਜ ਕੱਲ੍ਹ ਦੇ ਮਾਡਰਨ ਜਿਹੜੇ ਟਰੈਕਟਰਾਂ 'ਤੇ ਆਪਾਂ ਦੇਖਦੇ ਹਾਂ ਇਹ 61 'ਤੇ ਲੱਗੀ ਆ, ਬਿਲਕੁਲ ਰੋਇਲ ਜੱਟ ਵੀ ਇਹਨਾਂ ਨੇ ਲਿਖਾਇਆ। ਔਰ ਮੈਂ ਬੇਨਤੀ ਕਰੂੰਗਾ ਸਾਡੇ ਕੈਮਰਾਮੈਨ ਨੂੰ ਵੀ ਇਹਦੇ ਹਿੱਸੇ 'ਤੇ ਕੈਮਰਾ ਮਾਰ ਕੇ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਨ ਵੀ ਜਿਹੜਾ ਇਹ ਹਿੱਸੇ 'ਤੇ HMT ਜੀਟਰ ਵਾਲਿਆਂ ਦੀ ਜਿਹੜੀ ਸਟੰਪ ਲੱਗੀ ਆ ਬਹੁਤ ਹੀ ਵਧੀਆ ਜਿਹੜਾ ਤਿਆਰ ਕਰਵਾਇਆ ਹੋਇਆ ਟਰੈਕਟਰ ਆ ਸਾਡੇ ਵੀਰਾਂ ਦਾ, ਬਰਨਾਲਾ ਡਿਸਟ੍ਰਿਕਟ ਦਾ ਭੌਤਨਾ ਪਿੰਡ ਬੜਾ ਫੇਮਸ ਪਿੰਡ ਹੈਗਾ ਪੰਜਾਬ ਦਾ, ਜਿੱਥੋਂ ਦੇ ਕਹਿੰਦੇ ਵੀ ਇਹ ਟਰੈਕਟਰ ਨੂੰ ਬੜਾ ਵਧੀਆ ਤਿਆਰ ਕਰਾਇਆ ਹਿੱਸੇ ਪੂਰੇ ਬੰਪਰ ਵਗੈਰਾ। ਸੋ ਆਪਾਂ ਗੱਲ ਕਰ ਰਹੇ ਸੀ ਇਹ ਹਿੱਸੇ ਦੀ, ਬਾਈ ਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਜਿਹੜਾ ਹਿੱਸੇ 'ਤੇ ਤੁਸੀਂ ਦੱਸਿਆ ਵੀ ਕੱਟ ਲਵਾਇਆ ਗਾ ਇਹਦਾ, ਇਸ ਤੋਂ ਇਲਾਵਾ ਟਰੈਕਟਰ ਦੇ ਵਿੱਚ ਹੋਰ ਕਿਹੜੇ ਕਿਹੜੇ ਬਦਲਾਅ ਜਿਹੜੇ ਕਰਵਾਏ ਨੇ ਤੁਸੀਂ ਉਹ ਵੀ ਦਰਸ਼ਕਾਂ ਨੂੰ ਇਹਦੇ ਟਰੈਕਟਰ ਦੀ ਜਾਣਕਾਰੀ ਬਾਰੇ? ਬਾਈ ਇਹਦਾ ਟੋਟਲ ਇੰਜਨ ਕਰਵਾਤਾ, ਠੀਕ ਹੈ, ਹਿੱਸੇ ਦਾ ਕੰਮ ਕਰਵਾਤਾ, ਟਾਇਰ ਪਵਾਤੇ ਚਾਰੇ, ਗੇਅਰ ਦਾ ਕਰਵਾਤਾ, ਠੀਕ ਹੈ, ਕੋਈ ਇਹਦੇ ਵਿੱਚ ਹੁਣ ਉਹ ਨਹੀਂ ਹੈਗਾ ਪ੍ਰੋਬਲਮ ਵੀ ਜਿਵੇਂ ਮਰਜ਼ੀ ਚਲਾਓ ਇਹ ਬਦਲਾਅ, ਜਿਵੇਂ ਮਰਜ਼ੀ ਹੁਣ ਹਿੱਸੇ ਦਾ ਕਾਰਨ ਟਾਇਰਾਂ ਦਾ ਨਾਲ ਓਕੇ ਬਣ ਗਿਆ ਇਹ। ਇੱਕ
ਇੱਕ ਸਵਾਲ ਬਾਈ ਮੈਂ ਹੋਰ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਇਹਦਾ ਜਿਹੜਾ ਇੰਜਣ ਆ, ਹਾਂਜੀ, ਇਹਦੇ ਵਿੱਚ ਵੀ ਕੋਈ ਬਦਲਾਅ ਕੀਤਾ ਜਾਂ ਇਹ ਕੰਪਨੀ ਵੱਲੋਂ ਜਿਹੜਾ ਰੀਜਨਲ ਇੰਜਣ ਆਪਾਂ ਕਹਿ ਲਈਏ ਉਹ ਪੂਰਾ ਪ੍ਰੋਪਰ ਰੀਜਨਲ ਇੰਜਣ ਆ? ਇਹ ਬਾਈ ਜੀ ਰੀਜਨਲ ਪ੍ਰੋਪਰ ਅਸੀਂ ਕਰਵਾਇਆ ਗਾ, ਕਈ ਇਹਦਾ ਡੀ ਆਈ ਕਰਵਾਉਂਦੇ ਹੈਗੇ, ਅਸੀਂ ਨਹੀਂ ਕਰਵਾਇਆ ਇਹਦਾ ਡੀ ਆਈ, ਵੀ ਰੀਜਨਲ ਉਹੀ ਕਰਵਾਇਆ ਗਾ ਜਮਾਂ ਜਿਵੇਂ ਕੰਪਨੀ ਦਾ ਆਉਂਦਾ। ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਟਰੈਕਟਰ ਦਾ ਇੰਜਣ ਆ ਇਹ ਬਿਲਕੁਲ ਜਿਵੇਂ ਕੰਪਨੀ ਵੱਲੋਂ ਤਿਆਰ ਕੀਤਾ ਹੋਇਆ ਗਾ ਉਸੇ ਤਰ੍ਹਾਂ ਦਾ ਇਹ ਇੰਜਣ ਰੀਜਨਲ ਰੱਖਿਆ ਹੋਇਆ ਗਾ, ਪਰ ਬਾਹਰੋਂ ਜਿਹੜੀ ਟਰੈਕਟਰ ਦੀ ਜਿਹੜੀ ਦੇਖ ਆ ਉਹ ਦੇਖਣ ਨੂੰ ਲੱਗ ਰਹੀ ਆ ਵੀ ਇਹ ਜਿਹੜਾ ਅੱਜ ਦੇ ਅਜੋਕੇ ਯੁੱਗ ਦਾ ਨਵਾਂ HMT ਟਰੈਕਟਰ 6911 ਤੁਸੀਂ ਦੇਖ ਰਹੇ ਹੋ, ਇਹ ਅੱਜ ਕੱਲ੍ਹ ਦੇ ਟਰੈਕਟਰਾਂ ਦੇ ਜਿਹੜਾ ਬਰਾਬਰ ਦਾ ਟਰੈਕਟਰ ਆਪਾਂ ਦੇਖ ਰਹੇ ਹਾਂ। ਅਤੇ ਸਾਹਮਣੇ ਮੈਂ ਹੋਰ ਕੈਮਰਾਮੈਨ ਸਾਡੇ ਪ੍ਰਚਾਰ ਨੂੰ ਕਹੂੰਗਾ ਵੀ ਇਹਦੀ ਕੋਈ ਵੀ ਹੋਰ ਫੈਸਿਲਿਟੀ ਤੁਹਾਨੂੰ ਲੱਗ ਰਹੀ ਹੈ ਤਾਂ ਉਹ ਦਰਸ਼ਕਾਂ ਨੂੰ ਦਿਖਾਈ ਜਾਵੇ ਜ਼ਿਆਦਾ ਤੋਂ ਜ਼ਿਆਦਾ, ਤਾਂ ਜੋ ਇਹ ਟਰੈਕਟਰ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਆ ਨਵੇਂ ਟਰੈਕਟਰਾਂ ਦੇ ਵੱਲ ਰੁਝਾਨ ਵੱਧਦਾ। ਅਸੀਂ ਟਰੈਕਟਰ ਦਿਖਾਇਆ, ਸੋ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਜਿੰਦਰ ਔਰ ਸਾਡਾ ਵੀਰ ਗੋਲਡੀ ਕਾਲਾ ਵੀ ਕਹਿ ਦਿੰਦੇ ਆ ਬਾਈ ਨੂੰ, ਬਾਈ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੰਨੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਚੈਨਲ ਨੂੰ ਸਾਡੇ ਇੰਟਰਵਿਊ ਦਿੱਤੀ, ਬਹੁਤ ਬਹੁਤ ਧੰਨਵਾਦ। ਨਹੀਂ ਇੰਨਾ ਤੇਜ਼ ਕਰਦਾ।